मजीठा तो अपनी पत्नी गनीब कौर दे लई प्रचार करन खुद पहुंचे बिक्रम सिंह मजीठिया। जी हाँ, बिक्रम सिंह मजीठिया ने कहा कि मजीठा दे लोकां ने सिद्धू दा हंकार तोड़न दे लई ही मैनू अमृतसर भेजिया है। आप दी सरकार बनाउण वाले दावे ते भी बिक्रम मजीठिया ने पलटवार किया। उन्होंने कहा कि आप दे 2017 वांग दावे धरे धराए रह जाणगे, माझे च आप नू कोई सीट नहीं मिल रही, बिक्रम मजीठिया दा दावा। इस दे नाल ही उन्होंने कहा कि श्रोमणी अकाली दल माझे च 20 तों 22 सीटां ते जित हासिल करेगा। तुहानूं दस दईए मजीठा हलका छड्ड के इकलौती अमृतसर पूर्वी सीट तो नवजोत सिंह सिद्धू नूं टक्कर दे रहे ने बिक्रम मजीठिया, पर उन्होंने पत्नी गनीब कौर मजीठा हल्के तो चोण लड़ रहे हैं, जिन्हां दे लई चोण प्रचार करन पहुंचे बिक्रम मजीठिया नूं वड्डा हुंगारा मिलदा विखाई दिता। ਇਹ ਹਲਕਾ ਉਹ ਹੈ ਜਿਹਨੇ ਮੇਰੀ ਸਿਆਸੀ ਔਰ ਮੇਰੀ ਪਹਿਚਾਣ ਬਣਾਉਣ ਵਾਲੇ ਇਹ ਲੋਕ ਨੇ। ਸੁਭਾਵਿਕ ਹੈ ਜਿਹੜੇ ਬੰਦਿਆਂ ਨੇ ਹਮੇਸ਼ਾ ਤੁਹਾਡੇ ਤੇ ਮਿਹਰ ਪਰਿਆਤ ਰੱਖਿਆ ਹੋਵੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਉਹਨਾਂ ਨੂੰ ਭੁੱਲਣਾ ਜਾਂ ਵਿਸਾਰਨਾ ਮੇਰੇ ਲਈ ਬਹੁਤ ਵੱਡੀ ਗੁਸਤਾਖੀ ਹੋ। ਇਸ ਲਈ ਮੇਰਾ ਇਹ ਪਿਆਰ ਇਹਨਾਂ ਇਸ हल्के नाल सदा बनिया रहना, ये ठीक है। इन्हां दी मेहरबानी हुई है, इन्हां दा आशीर्वाद मिलिया कि मैं नवे हल्के च आप दी लड़ाई लड़न गया, लोकां दे हक सच दी, उस हल्के दी डिवेलपमेंट दी, नफरत दी पॉलिटिक्स बंद होवे, प्यार दिल जितण वास्ते उत्थे गए हाँ, घमंड अहंकार नूं तोड़न वास्ते गए हाँ, और इन्हां सब दा आशीर्वाद लैके गए। और ये रोज़ अरदासां भी करते हैं, पैरवाई भी करते, और जो प्यार मजीठे ने मैनू दिता मैं कह सकदा उन तो वध प्यार अज अमृतसर ईस्ट दे लोक मैनू बख्शिश कर रहे। मैं अपनी पत्नी लई जरूर वोट मंग रहा, मगर ये मेरे लोग है, मेरे आके ही वोट पाउणगे मेरी पत्नी नू। ठोको ताली तां उड जाणी है ते लोकां ने उड़ा देनी है। लोकां ने मन बना लिया कि नफरत अहंकार घमंड उस नूं तोड़ना, और इत्थे प्यार सत्कार जो हर मापे आपदे न्याणे नूं सिखाउंदे। मैं मुद्दिआं तों पिछे नहीं होया, 5 रुपए बिजली देण दी जो इन्हां दा वायदा सी उहनां नूं याद करवाउणा। और मेरी कल भी तुसीं जे भाषण सुणो, इट वॉज ऑल अबाउट कि उत्थों दे लोकां दे मेरे ते मेहर भरिया हथ। और दूजी गल, इस हल्के अमृतसर पूर्वी दा मजीठे दा इन हल्कियां दा विकास कौन? नवजोत सिंह सिद्धू ते ओह तां मैनूं आपदा छोटा भरा कहिंदा सी, हुण जद कुछ तां कहूगा, लोगों का काम है कहना। सिद्धू कोई सुप्रीम कोर्ट ऑफ इंडिया नहीं है, सिद्धू सुप्रीम कोर्ट ऑफ इंडिया नहीं, सिद्धू कोई रब दा गाह ਤੁਸੀਂ ਕਹਿ ਲੋ ਭੇਜਿਆ ਹੋਇਆ ਬੰਦਾ ਨਹੀਂ। ਉਹ ਤਾਂ ਸਾਰਾ ਕੁਛ ਬਰੂਦ ਢੀਂਗਰੇ ਵੱਲ ਨੂੰ ਸਿੱਟਦਾ, ਉਹਦਾ ਨਾ ਕੰਮ ਕਰ ਦੇਵੇ ਕਿਤੇ। ਲਗਾਤਾਰ ਦਾਵਾ ਕਰ ਰਹੀ ਪੰਜਾਬ ਸਰਕਾਰ ਬਣਾਉਣ ਦਾ, ਇੱਕ ਵੱਡਾ ਜਿਹੜਾ ਵਾਅਦਾ ਕਰ ਰਹੇ ਬਦਲਾਅ ਦਾ। ਇੱਕ ਬਦਲਾਅ ਲੋਕਾਂ ਨੇ 2007 ਤੋਂ 2017 ਤੱਕ ਵੇਖਿਆ ਸੀ, ਇੱਕ ਬਦਲਾਅ 2017 ਤੋਂ 2022 ਤੱਕ ਵੇਖਿਆ, ਉਹ ਕਿਹੋ ਜਿਹਾ ਬਦਲਾਅ ਲੈਣਾ ਚਾਹੁੰਦੇ, ਕੀ ਮਾਇਨੇ ਉਸ ਬਦਲਾਅ ਦੇ? 17 ਦੇ ਵਾਂਗੂ ਦਾਵੇ ਧਰੇ ਧਰਾਏ ਰਹਿ ਜਾਣੇ। 17 'ਚ 100 ਸੀਟਾਂ ਦਾ ਦਾਵਾ ਸੀ, ਕੀ ਨਿਕਲਿਆ? 12 MLA ਭੱਜ ਗਏ ਕਾਂਗਰਸ 'ਚ, 8 ਰਲ ਗਏ ਊਂ ਅੰਦਰ ਖਾਤੇ। ਅੱਜ ਵੀ 50-40-50 ਸੀਟਾਂ ਦੀ ਗੱਲ ਕਰਦੇ, ਇਹਨਾਂ ਨੂੰ 10 ਹੀ ਆ ਜਾਣ, ਮੈਂ ਸਮਝਦਾ ਬੜੀ ਪ੍ਰਾਪਤੀ ਹੈ। ਮਾਝੇ 'ਚ ਇਹ ਕੋਈ ਸੀਟ ਨਹੀਂ ਜਿੱਤ ਰਹੇ ਕਿਤੇ, ਪਿਛਲੀ ਵਾਰੀ ਨਾਲੋਂ ਨਾ ਇਹਨਾਂ ਕੋਲ ਸਪੋਰਟ ਹੈ, ਨਾ NRI ਇਹਨਾਂ ਦੀ ਸਪੋਰਟ 'ਚ, ਨਾ ਮਾਝੇ ਵਾਲੇ ਇਹਨਾਂ ਦੀ ਸਪੋਰਟ 'ਚ। ਹਾਲਾਤ ਇਹਨਾਂ ਦੇ ਪਤਲੇ ਨੇ। ਮਾਝੇ ਦੀਆਂ ਸੀਟਾਂ 'ਚ ਆਈ ਐਮ ਕੌਨਫੀਡੈਂਟ ਕਿ ਅਸੀਂ 20 ਤੋਂ 22 ਸੀਟਾਂ ਇੱਥੋਂ ਨਿਕਲ ਜਿੱਤ ਕੇ ਨਿਕਲਾਂਗੇ। ਔਰ ਜੋ ਵੱਡੀ ਗੱਲ ਨਜ਼ਰ 'ਚ ਆ ਰਹੀ ਹੈ, ਜਿਹੜੀ ਤੁਸੀਂ ਕਿਹਾ, ਕਿਉਂਕਿ ਮੈਂ ਬਿਲਕੁਲ ਇੱਕ ਰੂਰਲ ਸੀਟ ਤੋਂ, ਪੇਂਡੂ ਸੀਟ ਤੋਂ ਅਰਬਨ ਸੀਟ 'ਤੇ ਗਿਆ, ਸ਼ਹਿਰੀ ਸੀਟ 'ਤੇ ਗਿਆ, ਪਾਰਟੀ ਪੱਧਰਾਂ ਤੋਂ ਲੋਕ ਉੱਠ ਕੇ, ਗੱਲ ਹੁਣ ਪਾਰਟੀਆਂ ਦੀ ਨਹੀਂ, ਗੱਲ ਹੁਣ ਅੰਮ੍ਰਿਤਸਰ ਪੂਰਬੀ ਦੇ ਵਿਕਾਸ ਦੀ ਆ, ਹੁਣ ਉਹਦੀ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਦੇ ਮਾਨ ਸਨਮਾਨ ਦੀ ਆ, ਅੰਮ੍ਰਿਤਸਰ ਪੂਰਬੀ ਦੇ ਲੋਕਾਂ ਦੀ ਪਿਆਰ ਦੀ ਸੋਚ ਦੀ ਹੈ, ਔਰ ਉਹ ਵੱਡੀ ਗਿਣਤੀ 'ਚ ਤੱਕੜੀ ਨੂੰ ਕਾਮਯਾਬ ਕਰਨਗੇ। ਲਾਅ ਐਂਡ ਆਰਡਰ, ਸਰਬ ਸਾਂਝੀਵਾਲਤਾ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ। ਦੇ ਮੁਤਾਬਕ ਬਿਕਰਮ ਮਜੀਠੀਆ ਕਿੱਦਾਂ ਦੇ ਲੀਡਰ ਨੇ?
ਸਾਡੇ ਮੁਕਾਬਲੇ ਘੈਂਟ ਮਜੀਠੀਆ ਸਭ ਘੈਂਟ ਵੀਡਰ ਨੇ ਜਨਾਬ ਉਹਨਾਂ ਦੇ ਏਰੀਆ 'ਚ ਪੁੱਛੋ ਕਰਿਆਨੇ ਦੀ ਦੁਕਾਨ ਤੇ ਚੱਲੋ ਜਿਹੜੀ ਕਰਿਆਨੇ ਦੀ ਦੁਕਾਨ ਨੂੰ ਚੈਲੰਜ ਕਰਦੇ ਆ ਕਰਿਆਨੇ ਦੀ ਦੁਕਾਨ ਇੱਥੇ ਜਾ ਕੇ ਪੁੱਛੋ ਕਿਤਨਾ ਦੇ ਵੀਡਰ ਨੇ ਵਿਕਰਮ ਮਜੀਠੀਆ ਦਾ ਝੂਠ ਪ੍ਰਚਾਰ ਕੀਤਾ ਗਿਆ ਸਾਰੀਆਂ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਾਇਆ ਗਿਆ ਇਹਨਾਂ ਦੇ ਇਹਦੇ ਨਾਲ ਦਾ ਇਨਸਾਨ ਕੋਈ ਵੀ ਨਹੀਂ ਜ਼ਿੰਦਗੀ ਦੇ ਵਿੱਚ ਇਹਨਾਂ ਨਾਲ 10 ਮਿੰਟ ਬੈਠ ਕੇ ਵੇਖ ਲਓ ਭਗਤੀ ਦੇ ਤਿਉਹਾਰ ਹਰ ਬੰਨੇ ਭਗਤੀ ਕਰਦੇ ਆ ਲੋਕਾਂ ਦੀ ਸੇਵਾ ਕੀਤੀ ਆ ਉਹ ਪਾਰਟੀ ਦੇ ਪੂਰੇ ਪੰਜਾਬ ਨੂੰ ਬਰਦਾਸ਼ਤ ਨਹੀਂ ਇਹੋ ਜਿਹਾ ਕੱਦ ਜਿਹਦਾ 7 ਫੁੱਟ ਕੱਦ ਹੋਵੇ 11 ਫੁੱਟ ਦਾ ਕੱਦ ਪੈਂਦਾ ਹੋਵੇ ਗਰੀਬਾਂ ਦੀ ਬਾਹ ਵੜਦਾ ਹੋਵੇ ਪਾਰ ਜਿਤਾਇਆ ਜਾ ਰਹੇ ਲੋਕਾਂ ਵੱਲੋਂ ਵਿਕਰਮ ਸਿੰਘ ਗੀਠੀਆ ਦੇ ਪ੍ਰਤੀ ਹਾਲਾਂਕਿ ਹਲਕਾ ਛੱਡ ਚੁੱਕੇ ਨੇ ਪਰ ਬੁਲਾਇਆ ਗਿਆ ਕਿ ਆ ਕੇ ਇੱਕ ਵਾਰ ਗੇੜਾ ਲਾਓ ਲੋਕਾਂ ਨੂੰ ਮਿਲੋ ਅਕਸ ਬੜਾ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਹੈ ਵਿਕਰਮ ਸਿੰਘ ਗੀਠੀਆ ਅਸਲ ਚ ਬਹੁਤ ਚੰਗੇ ਇਨਸਾਨ ਹੈ ਜੀ ਭਗਤੀ ਵਾਲੇ ਕਿਸੇ ਬੰਦੇ ਨੂੰ ਪੁੱਛ ਲਓ ਸਾਰੇ ਜਾਣਦੇ ਨੇ ਪਰਸਨਲੀ ਬਹੁਤ ਚੰਗੇ ਇਨਸਾਨ ਨੇ ਦਿਲੋਂ ਬਹੁਤ ਵਧੀਆ ਨੇ ਇਹ ਗਲਤ ਪ੍ਰਚਾਰ ਹੋ ਰਿਹਾ ਹੈ ਉਹ ਤਸਵੀਰ ਅਸੀਂ ਸਾਂਝੀ ਕੀਤੀ ਹੈ ਵਿਧਾਨ ਸਭਾ ਹਲਕਾ ਮਜੀਠਾ ਜਿੱਥੇ ਵਿਕਰਮ ਸਿੰਘ ਗੀਠੀਆ ਦੀ ਧਰਮ ਪਤਨੀ ਗਰੀਬ ਕੌਰ ਮਜੀਠੀਆ ਚੋਣ ਮੈਦਾਨ 'ਚ ਨੇ ਜਿਨ੍ਹਾਂ ਲਈ ਵੋਟਾਂ ਮੰਗਣ ਅੱਜ ਵਿਕਰਮ ਸਿੰਘ ਗੀਠੀਆ ਪਹੁੰਚੇ ਨੇ ਉਹ ਮਿਸਟਰ ਮਜੀਠੀਆ ਜੋ ਪਿਛਲੀਆਂ 3 ਵਿਧਾਨ ਸਭਾ ਚੋਣਾਂ ਲਗਾਤਾਰ ਇਸ ਹਲਕੇ 'ਚ ਜਿੱਤੇ ਨੇ ਵੱਡੀ ਲੀਡ ਹਾਸਲ ਕਰਕੇ ਵਿਧਾਨ ਸਭਾ 'ਚ ਪਹੁੰਚੇ ਨੇ ਪਰ ਅੱਜ ਇੱਕ ਆਪਣੇ ਵੱਖਰੇ ਅੰਦਾਜ਼ ਦੇ ਵਿੱਚ ਮੁਹੱਬਤ ਦੀ ਰਾਜਨੀਤੀ ਕਰਦੇ ਹੋਏ ਨਜ਼ਰ ਆ ਰਹੇ ਲੋਕਾਂ ਨੂੰ ਗਲੇ ਮਿਲ ਰਹੇ ਨੇ ਆਪਣੀ ਪਤਲੀ ਲਈ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਨੇ ਹੁਣ ਦੇਖਣ ਵਾਲੀ ਗੱਲ ਇਹੀ ਹੋਗੀ ਕਿ ਮਜੀਠਾ ਹਲਕੇ ਦੇ ਲੋਕ ਕਿਸ ਨੂੰ ਆਪਣਾ ਨੁਮਾਇੰਦਾ ਚੁਣਦੇ ਨੇ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਉਂਦੇ ਨੇ ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਗਾ ਪੀ ਡੀ ਸਿਊਥ ਮਜੀਠਾ